ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖ ਰਹੇ ਨੇ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਜਿਹੜੇ ਵੀਰ ਆਪਣੇ ਯੂਟਿਊਬ ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅੱਜ ਦੀ ਜਿਹੜੀ ਵਿਜ਼ਿਟ ਆ ਦੋਸਤੋ, ਆਪਣੀ ਪਿੰਡ ਮਹਿਮੂਦਪੁਰ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਲੱਗਦਾ ਹੈਗਾ ਜੀ, ਅਤੇ ਅਮਰਕੋਟ ਬਿਲਕੁਲ ਨਜ਼ਦੀਕ ਅੱਡਾ ਦੋਸਤੋ। ਅਮਰਕੋਟ ਤੋਂ ਤੁਸੀਂ ਬਿਲਕੁਲ ਮਹਿਮੂਦਪੁਰ ਪਿੰਡ ਜਿਹੜਾ ਪਹੁੰਚ ਸਕਦੇ ਜੀ, ਅੱਗੇ ਲਾਖਣਾ ਰਾਜੋ ਕੇ ਪਿੰਡ ਬਿਲਕੁਲ ਨਾਲ, ਅਤੇ ਵਲਟੋਹਾ ਵੀ ਤਕਰੀਬਨ ਇੱਥੋਂ ਥੋੜ੍ਹੀ ਦੂਰੀ 'ਤੇ ਹੈਗਾ ਪਿੰਡ, ਠੀਕ ਹੈ ਜੀ। ਅਲਗੋਂ ਕੋਠੀ ਅਤੇ ਡਿੱਬੀਪੁਰਾ ਵੀ ਬਿਲਕੁਲ ਨਜ਼ਦੀਕ, ਥੋੜ੍ਹੀ ਥੋੜ੍ਹੀ ਵਾਰਡ 'ਤੇ ਜਿਹੜੇ ਪਿੰਡ ਕਸਬੇ ਸ਼ਹਿਰ ਹੈਗੇ ਆ, ਅਤੇ ਅੱਗੇ ਤਕਰੀਬਨ ਕੋਈ 2-4 ਕਿਲੋਮੀਟਰ ਜਿਹੜਾ ਖੇਮਕਰਨ ਮੇਨ ਸ਼ਹਿਰ ਅੱਗੇ ਰਹਿ ਜਾਂਦਾ, ਆਸਲ ਭੂਰੇ ਵੀ ਬਿਲਕੁਲ ਨਜ਼ਦੀਕ ਹੈ ਇੱਥੋਂ। ਅਤੇ ਬਾਈ ਦੇ ਨਾਲ ਅੱਜ ਗੱਲਬਾਤ ਕਰਨੀ ਹੈ, ਓਨਰ ਵੀਰ ਹੈਗਾ ਆਪਣੇ ਕੋਲ ਨਾਲ, ਜਿਹੜਾ ਗੁਰਵੰਤ ਵੀਰ ਹੈਗੇ ਆ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ। ਵਪਾਰ ਦਾ ਕੰਮ ਆ ਵੀਰ ਹੋਣਾ ਦਾ, ਅਤੇ ਕਾਫੀ ਲੌਂਗ ਟਾਈਮ ਤੋਂ 30-40 ਸਾਲ ਦਾ ਜਿਹੜਾ ਵਪਾਰ ਆ ਬਾਈ ਹੋਰਾਂ ਦਾ। ਅਤੇ ਐਨੀਮਲ ਜਿਹੜੇ ਆ ਦੋਸਤੋ, ਤੁਹਾਨੂੰ ਅੱਜ ਆਪਾਂ 8 ਮੱਝਾਂ ਦੇ ਵਿੱਚ ਕੁਝ ਝੋਟੀਆਂ ਹੋਣਗੀਆਂ, ਅਤੇ ਇੱਕ ਵੈੜ ਦਿਖਾਉਣੀ ਆ। ਪਸ਼ੂ ਜਿੰਨੇ ਵੀ ਹੋਣਗੇ ਦੋਸਤੋ, ਕੁਝ ਕੁ ਪਸ਼ੂ ਸੂਏ ਸਵਾਏ ਹੋਣਗੇ, ਜਿਹੜੇ ਪਸ਼ੂ ਸੂਏ ਸਵਾਏ ਹੋਣਗੇ ਤਕਰੀਬਨ ਉਹਨਾਂ ਦੀ ਤਸੱਲੀ ਆ, ਨਿਰਖ ਪਰਖ ਆ, ਚੁਬਾਈ ਕਰਕੇ ਇੱਕ ਟਾਈਮ 2 ਟਾਈਮ ਤਸੱਲੀ ਜ਼ਰੂਰ ਕਰ ਲਿਓ। ਅਤੇ ਸਮਾਂ ਜਿਹੜਾ ਹੈਗਾ ਹੁਣ ਮੌਕੇ ਦਾ ਦੋਸਤੋ, ਅੱਜ ਆਪਾਂ 23 ਜਨਵਰੀ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਦੋਸਤੋ ਦੁਪਹਿਰ ਦਾ ਤਕਰੀਬਨ 1 ਵਜੇ ਦਾ ਸਮਾਂ ਹੈ। ਅਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਗੁਰਵੰਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਆ ਜਾਓ ਜੀ, ਚੱਲਦੇ ਹਾਂ ਜੀ। ਹਾਂਜੀ, ਸਭ ਤੋਂ ਪਹਿਲਾਂ ਵੀਰ ਗੁਰਵੰਤ, ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ। ਅਤੇ ਬਾਈ ਗੁਰਵੰਤ, ਅੱਜ ਮੈਂ ਜਿੱਦਾਂ ਐਨੀਮਲ ਦੱਸਦੇ ਆ ਵੀ ਤਕਰੀਬਨ 8 ਮੱਝਾਂ ਝੋਟੀਆਂ ਦੇ ਵਿੱਚ ਨਗ ਹੈਗੇ ਆ, 1 ਵੈੜ ਆਪਣੇ ਕੋਲ, ਹਾਂਜੀ, ਅਤੇ ਪਸ਼ੂ ਕੁਝ ਸੂਏ ਸਵਾਏ ਆ ਜ਼ਿਆਦਾ ਅੱਜ? ਹਾਂਜੀ, 5 ਸੂਏ ਆ ਜੀ, 3 ਗੱਭਣ ਮੱਝਾਂ ਅਤੇ 1 ਵੈੜ ਸੂਈ। ਇਹ ਵੈੜ ਵੀ ਸੂਈ ਆ? ਸਟਾਰਟ ਆਪਾਂ ਬਾਈ ਗੁਰਵੰਤ ਇੱਥੋਂ ਹੀ ਕਰ ਲਈਏ। ਹਾਂਜੀ, ਅਤੇ ਵੈੜ ਸੂਈ ਸਵਾਈ ਆ, ਅਤੇ ਕਿੰਨਵਾਂ ਵੀਰ ਸੂਆ ਸੂਈ ਹੈ? ਇਹ ਦੂਜਾ ਸੂਆ ਜੀ ਵੈੜ, ਦੂਜਣ ਆ, ਹਾਂਜੀ। ਅਤੇ ਦਿਨ ਕਿੰਨੇ ਕੁ ਦਿਨਾਂ ਦੀ ਸੂਈ ਹੈ? ਇਹਨੂੰ ਸੂਈ ਨੂੰ ਕੋਈ 5-6 ਦਿਨ ਹੋਏ ਜੀ। 5-6 ਦਿਨ ਸਮਾਂ ਹੋ ਗਿਆ, ਅਤੇ ਸੂਆ ਕਿੰਨਵਾਂ ਦੱਸਿਆ ਜੀ? ਦੂਜਾ ਸੂਆ ਜੀ, ਦੂਜਣ ਆ, ਸੂਆ ਦੋਸਤੋ ਦੂਜਾ ਸੂਈ, ਅਤੇ 5-6 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ। ਅਤੇ ਬੱਚਾ ਨੀਚੇ ਕੀ ਆ ਗਿਆ ਜੀ? ਵੱਛੀ ਹੈ ਜੀ, ਵੱਛੀ ਆ, ਡੱਬੀ ਵੱਛੀ ਆ ਜੀ? ਹਾਂਜੀ, ਡੱਬੀ ਵੱਛੀ, ਡੱਬੀ ਵੱਛੀ ਆ ਗਈ ਦੋਸਤੋ। ਅਤੇ ਹਾਂ ਵੀਰ, ਇਹਨੂੰ ਖੋਲ੍ਹ ਗਏ ਆਪਾਂ, ਵੈੜ ਤੁਸੀਂ ਵੇਖ ਕੇ ਚੈੱਕ ਕਰੋ ਜੀ, ਠੀਕ ਹੈ ਜੀ। 5-1 ਦਿਨ ਦਾ ਜਿਹੜਾ ਸਮਾਂ ਹੋ ਗਿਆ ਹੁਣ, ਅਤੇ ਵੱਛੀ ਬਿਲਕੁਲ ਤੁਸੀਂ ਵੇਖ ਸਕਦੇ ਹੋ, ਠੀਕ। ਹਾਂ, ਵੱਛੀ ਜਿਹੜੀ ਹੈਗੀ ਦੋਸਤੋ, ਬਰਾਊਨ ਕੌਫੀ ਕਲਰ, ਤਾਂ ਬਿਲਕੁਲ ਵਾਈਟ ਦਾ ਜਿਹੜਾ ਕੰਬੀਨੇਸ਼ਨ ਆ, ਵੱਛੀ ਬਹੁਤ ਪਿਆਰੀ ਹੈਗੀ ਇਸ ਵੈੜ ਦੇ ਮਗਰ। ਅਤੇ ਲੈ ਆਈਏ ਵੀਰ ਜੀ, ਘੁਮਾ ਲਓ। ਆਹ ਥੜਹਵਾਨਾ ਜਿਹੜਾ ਦੋਸਤੋ ਸਮਾਂ, ਇੱਕ ਵਾਰੀ ਮੈਂ ਫਿਰ ਰਿਪੀਟ ਕਰ ਦੇਣਾ, 1 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ, ਆਪਾਂ ਵੀਡੀਓ ਬਣਾ ਰਹੇ ਹਾਂ ਇਸ ਟਾਈਮ 'ਤੇ। ਅਤੇ ਚੁਬਾਈ ਤੁਸੀਂ ਬਿਲਕੁਲ 2 ਟਾਈਮ ਆਓ, 3 ਟਾਈਮ ਆਓ, ਤਸੱਲੀ ਨਾਲ ਚੁਬਾਈ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਜਿਹੜਾ ਸੌਦਾ ਬਾਈ ਹੋਰਾਂ ਦੇ ਨਾਲ ਕਰ ਸਕਦੇ ਜੀ, ਠੀਕ ਆ ਜੀ। ਅਤੇ ਥਣ ਹਵਾਨਾ ਜਿਹੜਾ ਬਹੁਤ ਵਧੀਆ ਤਕਰੀਬਨ, ਅਤੇ ਬਿਲਕੁਲ ਥਣ ਵੀ ਜਿਹੜਾ ਮੁੱਠੀ ਵਾਲਾ ਹੈ। ਅਤੇ ਬਾਈ ਗੁਰਵੰਤ, ਕਿੰਨਾ ਇਹਦਾ ਵੀਰ ਮੁੱਲ ਰੱਖਿਆ ਹੈਗਾ? ਇਹਦਾ ਵੀ ਜੀ ਦੁੱਧ ਹੈਗਾ ਜੀ 18 ਲੀਟਰ ਕੰਡੇ ਵਾਲਾ, ਠੀਕ ਆ ਜੀ, ਹੁਣ ਇਸ ਟਾਈਮ ਦੀ, ਠੀਕ ਆ। ਹਾਂਜੀ, ਇਹਦਾ ਲੈਣ ਦੇ ਨਾਲ ਮੁੱਲ 50,000 ਦੇ ਆਪਾਂ ਦੇ ਦਾਂਗੇ, ਠੀਕ ਆ। 50 ਦੀ, ਹਾਂਜੀ, ਠੀਕ ਆ, 50 ਦੀ ਦੇ ਦਾਂਗੇ, ਜਾਂ 50 ਦੇ ਵਿੱਚ ਥੋੜ੍ਹੀ ਵਾਧੀ ਗੁੰਜਾਇਸ਼, ਕੋਈ ਨਹੀਂ ਹੋ ਜੂ, ਮੌਕੇ 'ਤੇ ਕੋਈ ਮਾਨਤਾ ਨਾ ਹੋ ਜੂ, ਠੀਕ ਆ। ਹਾਂਜੀ, ਅਤੇ ਹੁਣ ਦੋਸਤੋ ਬੇਸ਼ੱਕ ਵੀਰ ਨੇ ਕਿਹਾ ਵੀ 18 ਲੀਟਰ ਜਿਹੜਾ ਬਿਲਕੁਲ ਮੌਕੇ ਦਾ ਰੈਡੀ ਆ, ਕੰਡਾ ਕਰ ਸਕਦਾ ਅਗਲਾ, ਅਤੇ ਕੰਡਾ ਕਰ ਸਕਦਾ ਬੇਸ਼ੱਕ, ਕੰਡਾ ਬਾਈ ਹੋਰਾਂ ਦੇ ਕੋਲ ਘਰ ਵੀ ਹੈਗਾ, ਤਸੱਲੀ ਤੁਸੀਂ ਜਿਹੜੀ ਆ 2 ਟਾਈਮ ਦੀ ਚੁਆਈ ਕਰਕੇ ਜ਼ਰੂਰ ਕਰ ਲਿਓ, 22 ਕਿਲੋ ਦੁੱਧ ਦਊਗੀ ਜੀ, ਵਧੂਗੀ ਜੀ, ਠੀਕ ਆ ਜੀ। ਹਾਂਜੀ, ਚੰਗਾ ਸੋਹਣਾ ਮੁੱਠੀ ਵਾਲਾ ਥਾਣਾ ਦੋਸਤੋ, ਅਤੇ ਵੈੜ ਦਾ ਜਿਹੜਾ ਫੇਸ ਦੀ ਕੁਆਲਿਟੀ ਆ ਵੇਖ ਕੇ ਚੈੱਕ ਕਰ ਲਓ, ਠੀਕ ਆ। ਇਸ ਤੋਂ ਬਾਅਦ ਅਗਲੀ ਇੱਕ ਝੋਟੀ ਆ, ਉਹ ਵੀ ਆਪਾਂ ਬਾਈ ਤੋਂ ਪੁੱਛ ਲੈਂਦੇ ਹਾਂ। ਬਾਈ ਵੀਰ, ਇਹਦੀ ਫਿਰ ਕੀ ਡਿਟੇਲ ਆ ਜੀ?
ਇਹਦਾ ਪਹਿਲਾ ਸੋਹਾ ਵਿੱਚ ਹੀ ਪਹਿਲਣ ਹੈ ਹਾਂਜੀ ਛਿੱਗੀ ਹੈ ਜੀ ਮੂੰਹੋਂ ਛਿੱਗੀ ਆ ਹਾਂਜੀ ਆ ਕਰੋ ਚੈੱਕ ਜੀ ਇਹ ਦਿਨ ਲੈਂਦੀ ਹੈ ਜੀ ਨਹੀਂ ਇਹ ਸੂਈ ਹੈ ਇਹ ਸੂਈ ਹੈ ਹਾਂਜੀ ਠੀਕ ਹੈ ਸੂਈ ਆ ਕੱਟੀ ਇਹਦੇ ਮਗਰ ਕੱਟੀ ਤੇ ਕਿੰਨੇ ਦਿਨ ਦੀ ਸੂਈ ਹੈ ਜੀ ਇਹਨੂੰ ਸੂਈ ਨੂੰ ਕੋਈ 10 ਤੋਂ 12 ਦਿਨ ਹੋ ਗਏ 10 ਤੋਂ 12 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਹਾਂਜੀ ਤੇ ਪਹਿਲਣ ਕੱਟੀ ਸੂਈ ਹੈ ਨਾ ਹਾਂਜੀ ਆ ਫੇਸ ਦੀ ਕੁਆਲਿਟੀ ਦੇਖੋ ਠੀਕ ਹੈ ਜੀ ਸਿੰਘ ਸੁੰਘ ਬਿਲਕੁਲ ਜਿਹੜਾ ਕੁੰਡਾ ਸਿੰਘ ਆ ਤੇ ਕੱਦ ਕਾਠੀ ਜਿਹੜਾ ਦੋਸਤੋ ਉੱਚਾ ਬੇਲਬੂਲ ਦੀ ਕਾਫੀ ਲੰਬਾਈ ਦੇ ਵਿੱਚ ਵੇਖੋਗੇ ਬੇਲਬੂਲ ਪੱਖੋਂ ਬਹੁਤ ਲੰਬੀ ਆ ਤੇ ਥਣ ਹਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਨੀਚੇ ਕੱਟੀ ਦੱਸਿਆ ਵੀਰ ਹਾਂਜੀ ਕੱਟੀ ਹੈ ਜੀ ਤੇ ਦਿਨ 10 ਕਿੰਨੇ ਦੱਸਿਆ ਜੀ ਹਾਂਜੀ 10 ਤੋਂ 12 ਦਿਨ 10 ਤੋਂ 12 ਦਿਨ ਤੇ ਹੁਣ ਵੀਰ ਮੌਕੇ ਦਾ ਕਿੰਨਾ ਆਏ ਤੇ ਥੱਲੇ ਦੁੱਧ ਤਿਆਰ ਆ ਇਹਦੇ ਥੱਲੇ ਮੌਕੇ ਦਾ 10 ਕਿਲੋ ਦੁੱਧ ਆ ਤਿਆਰ ਜੀ 10 ਹਾਂਜੀ 10 ਕਿਲੋ ਤਿਆਰ ਆ ਹਾਂਜੀ ਠੀਕ ਆ ਚਵਾਈ ਚ ਵੀ ਵੀਰ ਕਿਦਾਂ ਦੀ ਜੀ ਚਵਾਈ ਬਿਲਕੁਲ ਐ ਵਧੀਆ ਜੀ ਪੋਲੀ ਚਵਾਈ ਹੈ ਬਿਲਕੁਲ ਠੀਕ ਆ ਇਹਨੂੰ ਵੀ ਦਿਖਾਈਏ ਵੀਰ ਪੋਲੀ ਚਵਾਈ ਆ ਦੋਸਤੋ ਤੇ ਚਵਾ ਵੀ ਚੰਗਾ ਲੱਗਾ ਹੈਗਾ ਝੋਟੀ ਨੂੰ ਤੇ ਸਿੰਘਾਂ ਸੁੰਘਾਂ ਦੀ ਬਣਤਰ ਸੋਹਣੀ ਕੱਦ ਕਾਠੀ ਉੱਚਾ ਹੈਗਾ ਪਿੱਠ ਪੁੱਠੇ ਤੋਂ ਤੁਸੀਂ ਵੇਖ ਕੇ ਚੈੱਕ ਕਰ ਲਓ ਬਿਲਕੁਲ ਚੌੜੀ ਪਿੱਠ ਪੁੱਠੇ ਦੀ ਹੈਗੀ ਆ ਤੇ ਕੱਦ ਕਾਠ ਜਿਹੜਾ ਉੱਚਾ ਹੈਗਾ ਜ਼ਰੂਰ ਨੋਟ ਕਰ ਲਿਓ ਕਿਉਂਕਿ ਦੂਰੋਂ ਕਿਸੇ ਵੀਰ ਨੇ ਵੀ ਚੱਲ ਕੇ ਆਉਣਾ ਇੱਕ ਕੱਦ ਦਾ ਹੁੰਦਾ ਵੀ ਕੱਦ ਦੀ ਜਿਹੜੀ ਆ ਦੋਸਤੋ ਦੱਸਣਾ ਬਹੁਤ ਜ਼ਰੂਰੀ ਹੁੰਦਾ ਵੀ ਦਰਮਿਆਨੇ ਕੱਦ ਦਾ ਪਸ਼ੂ ਆ ਜਾਂ ਵੱਡੇ ਕੱਦ ਦੇ ਵਿੱਚ ਆ ਆ ਕਰੋ ਚੈੱਕ ਜੀ ਠੀਕ ਆ ਜੀ ਤੋਰ ਲਈਏ ਬੱਚਾ ਇਹੋ ਜਿਹਾ ਨਾਲ ਕੱਟੀ ਨਾ ਜੀ ਆ ਕੱਟੀ ਵੇਖ ਲਓ ਜੀ ਠੀਕ ਆ ਆ ਬੱਚਾ ਜੀ ਨੀਚੇ ਬਿਲਕੁਲ ਪੱਧਰ ਜਿਹੜਾ ਥਣਦੇ ਵਾ ਦੋਸਤੋ ਵੇਖ ਕੇ ਚੈੱਕ ਕਰੋ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਜੀ ਚਵਾਈ ਦੋ ਟਾਈਮ ਬੇਸ਼ੱਕ ਕਰ ਲਿਓ ਅਤੇ ਇਹਦਾ ਵੀਰ ਮੁੱਲ ਫਿਰ ਕਿੰਨੀ ਡਿਮਾਂਡ ਆ ਇਹਦਾ ਮੁੱਲ ਵੀ ਜੀ 85,000 ਹੈ ਜੀ 85,000 ਹਾਂਜੀ ਠੀਕ ਆ 85,000 ਜਿਹੜਾ ਦੋਸਤੋ ਇਸ ਝੋਟੀ ਦੀ ਡਿਮਾਂਡ ਆ ਮੁੱਲ ਆ ਠੀਕ ਆ ਅਤੇ ਬਾਕੀ ਗੁੰਜਾਇਸ਼ ਹਰ ਇੱਕ ਪਸ਼ੂ ਦੀ ਆ ਕੋਈ ਫਿਕਸ ਰੇਟ ਨਹੀਂ ਹੁੰਦੇ ਗੇ ਮੌਕੇ ਮੌਕੇ ਤਾਂ ਜਿੰਨੀ ਵੀ ਗੁੰਜਾਇਸ਼ ਹੋਣੀ ਹੋਈ ਜ਼ਰੂਰ ਤੁਹਾਡਾ ਮਾਨਤਨ ਹੋ ਜਾਵੇਗਾ ਹਰ ਇੱਕ ਐਨੀਮਲ ਦੇ ਵਿੱਚੋਂ ਠੀਕ ਆ ਅਤੇ ਇਸ ਤੋਂ ਬਾਅਦ ਇੱਕ ਹੋਰ ਮੱਝ ਜਿਹੜੀ ਆ ਤੀਜੇ ਨੰਬਰ 'ਤੇ ਆਪਾਂ ਤੁਹਾਨੂੰ ਦਿਖਾਉਣੀ ਆ ਅਤੇ ਪ੍ਰੋਪਰ ਆਪਾਂ ਇਨਫੋਰਮੇਸ਼ਨ ਇਹਦੀ ਵੀ ਲੈ ਲੈਂਦੇ ਵੀਰ ਤੋਂ ਅਤੇ ਬਾਈ ਕਿਉਂ ਇਹ ਕਿਨਮਾ ਅੱਗੇ ਸੂਆ ਫਿਰ ਸੂਈ ਹੈ ਸੂਈ ਹੈ ਵੀ ਹੁਣ 15 ਕਿਲੋ ਦੁੱਧ ਤਿਆਰ ਹੈ ਜੀ ਇਸ ਟਾਈਮ 'ਤੇ 15 ਕਿਲੋ ਤਿਆਰ ਆ ਜੀ ਹਾਂਜੀ ਠੀਕ ਆ ਚਵਾਈ ਜਿਹੜਾ ਮਰਜ਼ੀ ਵੀਰ ਕਰ ਲਿਆ ਹਾਂਜੀ ਅਗਲਾ ਦੋ ਟਾਈਮ ਆਪਦੀ ਚਵਾਈ ਕਰਕੇ ਕੱਟ ਸਕਦਾ ਤੇ ਬੱਚਾ ਇਹਦਾ ਥੱਲੇ ਕੀ ਆ ਗਿਆ ਜੀ ਬੱਚਾ ਇਹਦਾ ਨਾ ਬੱਚਾ ਮਰ ਗਿਆ ਇਹਦੇ ਠੰਡ ਲੱਗ ਕੇ ਤੇ ਸੂਈ ਨੂੰ ਅਜੇ 20 ਦਿਨ ਹੋਏ ਅੱਜ ਸਮਾਂ ਕਾਊਂਟ ਕਰਕੇ ਤਾਂ 20 ਦਿਨ ਹੋ ਗਏ ਹਾਂਜੀ ਉਹ ਅਗਲੇ ਨੂੰ ਆਪਾਂ ਗਾਰੰਟੀ ਦਵਾਂਗੇ ਪੂਰੀ ਤੇ ਸੂਆ ਵੀਰ ਕਿਨਮਾ ਹੋਵੇਗਾ ਸੂਆ ਤੀਜਾ ਸੂਆ ਜੀ ਤੀਜਾ ਹਾਂਜੀ ਠੀਕ ਆ ਸੂਆ ਦੋਸਤੋ ਵੀਰ ਦੇ ਕਹਿਣ ਮੁਤਾਬਕ ਵੀ ਤੀਜਾ ਹੈ ਵਪਾਰ ਦਾ ਕੰਮ ਆ ਤੀਜਾ ਸੂਆ ਹੈ ਬਾਕੀ ਹੁਣ 15 ਸੂਈ ਦੀ ਉਹ ਆਪਣੀ ਗਾਰੰਟੀ ਜੀ 20 ਦਿਨ ਦੀ 20 ਦਿਨ ਦੀ ਬਈ ਦਾ ਵੀ ਗਾਰੰਟੀ ਆਪਣੀ ਸੂਈ ਦੀ ਤੇ 15 ਲੀਟਰ ਜਿਹੜਾ ਬਿਲਕੁਲ ਰੈਡੀ ਹੈ ਜੀ ਹਾਂਜੀ 15 ਕਿਲੋ ਇਸ ਟਾਈਮ ਤੇ ਤਿਆਰ ਹੈ 15 ਕਿਲੋ 15 ਕਿਲੋ ਰੈਡੀ ਹੈ ਦੋਸਤੋ ਠੀਕ ਆ ਜੀ ਆਹ ਵੇਖੋ ਤੁਸੀਂ ਥਣ ਹਵਾਨਾ ਵੇਖੋ ਬਿਲਕੁਲ HF ਵਿਹੜਾ ਜਾਂ ਜਿਹੜਾ ਥਣ ਹਵਾਨਾ ਜਿਹੜਾ ਦੋਸਤੋ ਲੱਗਾ ਹੈਗਾ ਮੱਝ ਨੂੰ ਤੇ ਵੀਰ ਇਹਨੂੰ ਵੀ ਦਿਖਾ ਦਈਏ ਖੋਲ ਕੇ ਠੀਕ ਆ ਅਜੇ ਦੁਪਹਿਰ ਦਾ ਟਾਈਮ ਸ਼ਾਮ ਦੇ ਟਾਈਮ ਤੋਂ ਪੂਰੀ ਫੁੱਲ ਬੰਦੀ ਤੇ ਬਿਲਕੁਲ ਸਮਾਂ ਜਿਹੜਾ ਦੋਸਤੋ ਬੇਸ਼ੱਕ ਤੁਸੀਂ ਅਕਾਊਂਟ ਜ਼ਰੂਰ ਕਰ ਲਿਓ 1 ਵਜੇ ਤਾਂ ਦੁਪਹਿਰ ਦਾ ਸਮਾਂ ਹਜੇ ਪਸ਼ੂ ਜਿਹੜਾ ਦੋਸਤੋ ਬਨਾਥਣਾ ਹੁੰਦਾ ਸ਼ਾਮ ਨੂੰ 5-6 ਵਜੇ ਜਿਹੜਾ ਪੂਰਾ ਲੇਵਾ ਭਰ ਕੇ ਤਿਆਰ ਕੀਤਾ ਹੁੰਦਾ ਪਸ਼ੂ ਨੇ ਬਾਕੀ 15 ਕਿਲੋ ਦੇ ਵੀਰ ਹੋਣਾ ਵੱਲੋਂ ਜਿਹੜੀ ਆ ਗਰੰਟੀ ਆ ਇਸ ਮੱਝ ਦੀ ਤੇ ਆਹ ਕਰੋ ਚੈੱਕ ਜੀ ਵੇਣ ਮੂੰਹ ਨਾਲ ਜਿਹੜੀ ਦੋਸਤੋ ਪਸ਼ੂ ਦੀ ਨਿਸ਼ਾਨੀ ਆ ਮਿਲਕ ਵਾਲੇ ਦੀ ਤਕਰੀਬਨ ਮੋਟੀ ਵੇਣ ਰੱਸੇ ਵਰਗੀ ਜਿਹੜੀ ਆ ਦੋਸਤੋ ਵੇਣ ਹੈਗੀ ਇਸ ਐਨੀਮਲ ਦੀ ਠੀਕ ਆ
ਚੰਗਾ ਸੋਹਣਾ ਅਡਰ ਹੈਗਾ, ਠੀਕ ਆ। ਮੱਝ ਵੀ ਜਿਹੜੀ ਬਿਲਕੁਲ ਲਹੂ ਪੱਤ ਵਿੱਚ ਆ, ਬਿਲਕੁਲ ਬਰੀਕ ਜਿਹੜੀ ਚਮੜੀ ਆ, ਸਕਿੰਨ ਵੇਖੋਗੇ ਬਿਲਕੁਲ ਬਰੀਕ ਸਕਿੰਨ ਆ ਪਸ਼ੂ ਜਿਹੜਾ ਐਨੀਮਲ ਆ, ਤਕਰੀਬਨ ਜਿਹੜਾ ਦੁੱਧ ਵਾਲਾ ਦੋਸਤੋ ਖੁਰਦਾ ਵੀ ਆ ਜਿਹੜਾ ਪਸ਼ੂ ਦਿੰਦਾ ਦੁੱਧ, ਅਤੇ ਬਰੀਕ ਚਮੜੀ ਦੇ ਵਿੱਚ ਇਹ ਮੱਝ ਵੀਰ ਹੋਣਾਂ ਦੇ ਕੋਲ ਅਵੇਲੇਬਲ ਆ। ਅਤੇ ਵੀਰ ਫਿਰ ਇਹਦੀ ਡਿਮਾਂਡ ਹੁਣ ਕਿੰਨਾ ਮੁੱਲ ਕੀਤਾ ਫਿਰ? ਇਹਦਾ ਡਿਮਾਂਡ ਵੀਰ ਜੀ ਮੁੱਲ ਕਰਨ ਭਾਵੇਂ 90 ਕਰ ਲਈਏ, 85 ਕਰ ਲਈਏ, 80,000 ਦੀ ਸਹੀ ਦੇ ਦਾਂਗੇ। 80,000 ਦੀ ਲੈ ਦਿਓ ਜੀ। ਹਾਂਜੀ, ਮੁੱਲ 85 ਵੀ ਹੋ ਸਕਦਾ, 90 ਕਰ ਲਓ ਡਿਮਾਂਡ, ਪਰ 80,000 ਲਾਸਟ ਲੈ ਦਿਓ ਜਿਹੜੇ ਲੈਣ ਦੇ ਨਾਲ। ਠੀਕ ਆ। ਅਤੇ ਬੱਚਾ ਤਕਰੀਬਨ ਤੁਸੀਂ ਦੱਸਿਆ ਵੀ ਜਿਵੇਂ ਮਰ ਗਿਆ ਸੀ ਹੈ ਨਾ, ਠੰਡ ਠੁੰਡ ਕਰਕੇ? ਹਾਂਜੀ। ਠੀਕ ਆ। ਅਤੇ ਹੁਣ ਫਿਰ ਪਹਾੜੇ ਮੰਡੇ ਦੇ ਚਾੜ ਤੇ ਮਿਲਦੀ? ਹਾਂਜੀ, ਪਹਾੜੇ ਤੇ ਮਿਲਦੀ ਜੀ, ਕੋਈ ਲੱਤ ਨਹੀਂ ਲਾਉਂਦੀ ਕੋਈ, ਮਗਰਲੀਆਂ ਲੱਤ ਨੂੰ ਵੰਗਾ ਪਾਉਂਦੀ। ਅਤੇ ਥਣ ਥੁਣ ਦੀ ਧਾਰ ਕੋਈ ਭੂਰ ਛੱਟਾ ਕਿਸੇ ਤਰ੍ਹਾਂ ਦਾ ਕੋਈ? ਨਹੀਂ, ਕਿਸੇ ਰਕਮ ਦੀ ਕੋਈ ਗੱਲ ਨਹੀਂ। ਠੀਕ ਆ ਭਰਾਵਾ। ਇਸ ਤੋਂ ਬਾਅਦ ਦੋਸਤੋ ਇੱਕ ਹੋਰ ਜਿਹੜੀ ਮੱਝ ਆ, ਉਹ ਵੀ ਆਪਾਂ ਵੀਰ ਤੋਂ ਪੁੱਛ ਲੈਂਦੇ ਆ। ਮੱਝਾਂ ਦੋਸਤੋ ਕਲੈਕਸ਼ਨ ਵਾਧੂ ਹੈਗੀ ਆ, ਤੁਸੀਂ ਆਓਗੇ ਇੱਥੇ, ਮੈਨੂੰ ਇਹ ਉਮੀਦ ਆ ਵੀ ਤਕਰੀਬਨ ਡਿਸਾਈਡ ਤੁਸੀਂ ਕਰਨਾ ਹੈਗਾ ਐਨੀਮਲ ਕਿਹੜਾ ਤੁਹਾਨੂੰ ਫਿੱਟ ਪੈਂਦਾ। ਪਸ਼ੂ ਬਹੁਤ ਨੇ, 8 ਮੱਝਾਂ ਜਿਹੜੀਆਂ ਹਰ ਟਾਈਮ ਇੱਥੇ ਅਵੇਲੇਬਲ ਹੁੰਦੀਆਂ ਨੇ, ਤਿਆਰ ਹੁੰਦੇ। ਠੀਕ ਆ, 10 ਡੰਗਰ ਬਾਈਆਂ ਦਾ ਵੀ ਬਿਲਕੁਲ ਰੈਡੀ ਹੁੰਦੇ ਆ। ਅਤੇ ਐਵਰੀ ਟਾਈਮ ਕਿਸੇ ਟਾਈਮ ਵੀ ਤੁਸੀਂ ਆਓ, ਚੀਜ਼ ਪਸੰਦ ਕਰੋ, ਤਸੱਲੀ ਕਰੋ, ਚਵਾਈ ਕਰੋ। ਅਤੇ ਇਹਦੀ ਫਿਰ ਵੀਰ ਜੀ ਕੀ ਡਿਟੇਲ ਆ ਹੁਣ? ਇਹਦੀ ਵੀਰ ਜੀ ਸਵੇਰੇ ਨਾ ਚਵਾਈ ਹੋਈ ਜੀ, ਅੱਜ 10 ਵਜੇ ਦੀ। ਹਾਂਜੀ, ਲਿਆਂਦੀ ਮੱਝ ਤਾਂ ਬਾਬਾ ਲੇਟ ਆਈ ਘਰੇ। ਹਾਂਜੀ, ਲਿਆ ਕੇ ਫਿਰ 10 ਵਜੇ ਚੋਈ। ਅੱਜ ਹੀ ਆਈ ਹੈ? ਹਾਂਜੀ, ਅੱਜ ਹੀ। ਅਤੇ 10 ਵਜੇ ਚਵਾਈ ਹੋਈ ਹੈ? ਹਾਂਜੀ, ਇਹਦੇ ਥੱਲੇ 12 ਕਿਲੋ ਦੁੱਧ ਆਈ। 12 ਕਿਲੋ? ਤੇ ਚਵਾਈ ਕਿਵੇਂ ਦੀ ਲੱਗੀ ਇਹਨੂੰ? ਚਵਾਈ ਵਧੀਆ ਜੀ, ਇੱਕ ਨੰਬਰ ਐ। ਤੇ ਬੱਚਾ ਨੀਚੇ ਕੀ ਹੈ ਜੀ? ਇਹਦੇ ਮਰ ਆਹ ਬੱਚਾ ਜੀ, ਕੱਟਾ ਮਰ ਆ, ਕੱਟੀ ਹੈ ਜੀ, ਕੱਟੀ ਆ। ਹਾਂਜੀ, ਕੱਟੀ ਆ, ਕੱਟੀ ਦੇਖ ਲਓ ਦੋਸਤੋ, ਜਿਹੜੀ ਹੁਣ ਮੈਂ ਤੁਹਾਨੂੰ ਬਿਲਕੁਲ ਮੱਝ ਦਿਖਾ ਰਿਹਾ ਉਹਦੇ ਨੀਚੇ ਕੱਟੀ ਆ। 20 ਦਿਨਾਂ ਦਾ ਸਮਾਂ ਜੀ, 20 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ। ਤੇ 12 ਲੀਟਰ ਦੀ ਆ, 12 ਕਿਲੋ ਦੀ ਵੀਰ ਕਹਿੰਦਾ ਵੀ ਹੁਣ ਚਵਾਈ ਆ। ਚਵਾ ਕੋਈ ਵੀਰ ਵੀ ਆਣ ਕੇ ਜਿਹੜਾ ਘਰ ਵਿਜ਼ਿਟ ਕਰਕੇ ਕਰ ਸਕਦਾ। ਠੀਕ ਆ, ਕੱਟੀ ਬੇਸ਼ੱਕ ਤੁਸੀਂ ਦੇਖ ਲਓ, 20 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ। ਤੇ ਮੂੰਹ ਫੇਸ ਦੀ ਜਿਹੜੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ। ਠੀਕ ਆ। ਤੇ ਸੂਆ ਵੀਰ ਕਿਨਵਾ ਤੀਜਾ ਕਿ ਚੌਥਾ ਹੋਊਗੀ? ਤੀਜੇ ਸੂਏ ਸੂਈ ਜੀ, ਤੀਜੇ ਸੂਏ। ਹਾਂਜੀ, ਠੀਕ ਆ ਜੀ। ਬਾਕੀ ਥਣ ਤੁਸੀਂ ਜਿਹੜੇ ਚੈੱਕ ਕਰ ਲਓ, ਆ ਦੇਖੋ ਦੁੱਧ ਦੀ ਆਪਣੀ ਗਰੰਟੀ ਹੋ ਜੀ। ਠੀਕ ਆ, ਠੀਕ ਆ ਵੀਰ। ਹਾਂਜੀ, ਲੈ ਗਏ ਇਹਨੂੰ ਵੀ ਜੀ? ਖੁੱਲ ਗਈ? ਹਾਂ ਜ਼ਰੂਰ ਜੀ। ਬਾਕੀ 20 ਦਿਨ ਦਾ ਜਿਹੜਾ ਦੋਸਤੋ ਸਮਾਂ ਮੈਂ ਰਿਪੀਟ ਤਾਂ ਕਰ ਦਿੰਦਾ ਕਿਉਂਕਿ ਹਰ ਇੱਕ ਵੀਰ ਨੂੰ ਜਿਹੜੀ ਆ ਪੂਰੀ ਜਾਣਕਾਰੀ ਚੀਜ਼ ਦੀ ਮਿਲਦੀ ਰਹੇ ਨਾਲ ਨਾਲ। ਅਤੇ ਐਨੀਮਲ ਤੁਸੀਂ ਹਰ ਪੱਖ ਹਰ ਐਂਗਲ ਤੋਂ ਵੇਖ ਕੇ ਚੈੱਕ ਕਰ ਸਕਦੇ ਹੋ। ਠੀਕ ਆ। ਇੱਕ ਕੋਈ ਵੀਰ ਵੀ ਜਦੋਂ ਦੋਸਤੋ ਤੁਸੀਂ ਵੀਡੀਓ ਪ੍ਰੋਪਰ ਦੇਖਦੇ ਹੋ ਅਤੇ ਲਾਸਟ ਐਂਡ ਤੱਕ ਜਿਹੜਾ ਵੀਡੀਓ ਦੇਖ ਲਿਆ ਕਰੋ ਕਿਉਂਕਿ ਐਨੀਮਲ ਜਿੱਥੇ ਜ਼ਿਆਦਾ ਹੁੰਦੇ ਆ ਅਤੇ ਫਿਰ ਵੀਰ ਫੋਨ ਲਾ ਦਿੰਦੇ ਆ ਪਹਿਲਾਂ। ਪ੍ਰੋਪਰ ਇਨਫੋਰਮੇਸ਼ਨ ਜਿਹੜੀ ਸੁਣਨ ਤੋਂ ਬਾਅਦ ਬੇਸ਼ੱਕ ਤੁਸੀਂ ਉਸ ਪਸ਼ੂ ਦਾ ਜਿਹੜਾ ਵੇਰਵਾ ਪਾ ਕੇ ਖਾਸ ਤੌਰ 'ਤੇ ਉਸ ਪਸ਼ੂ ਦੇ ਬਾਰੇ ਗੱਲਬਾਤ ਕਰ ਸਕਦੇ ਹੋ। ਚਲੋ ਜੀ, ਠੀਕ ਆ ਗੁਰਮੰਤ ਵੀਰ, ਇਹਦਾ ਕਿੰਨਾ ਮੁੱਲ ਫਿਰ ਰੱਖਿਆ? ਇਹਦਾ ਮੁੱਲ ਵੀ ਜੀ ਸਹੀ ਜਿਹੜਾ ਲੈਣ ਦੇ ਨਾਲ 65,000 ਦੀ ਆਪਾਂ ਦੇ ਦਾਂਗੇ। 65,000 ਦੀ? ਹਾਂਜੀ, ਠੀਕ ਆ। 65,000 ਜਿਹੜਾ ਦੋਸਤੋ ਲੈ ਦੇ ਜੇ, ਠੀਕ ਆ ਜੀ, ਜਿਹੜਾ ਸਹੀ ਵੀਰਾਂ ਦਾ ਵੀ ਯੈਸ ਨੋ ਆ, 65,000 ਦੀ ਦੇ ਦੇਵਾਂਗੇ ਇਹ ਜਿਹੜੀ ਮੱਝ ਆ। ਕੱਟੀ ਨੀਚੇ ਇਸਦੀ 12 ਕਿਲੋ ਹੈ ਟਾਈਮ ਤਿਆਰ ਜੀ, 12 ਕਿਲੋ ਜਿਹੜਾ ਬਿਲਕੁਲ ਤਿਆਰ ਆ। ਠੀਕ ਆ ਵੀ, ਬਾਕੀ ਔਨਲਾਈਨ ਸੌਦੇ ਨਾਲ ਜਿਹੜਾ ਬੈਟਰ ਆ ਦੋਸਤੋ, ਤੁਸੀਂ ਇੱਕ ਵਾਰੀ ਘਰ ਵਿਜ਼ਿਟ ਕਰਕੇ 2 ਵਾਰੀ ਸਮੇਂ 'ਚੋਂ ਸਮਾਂ ਕੱਢ ਕੇ, ਮੈਂ ਵਾਰ ਵਾਰ ਕਹਿੰਦਾ ਹੁੰਦਾ, ਤਸੱਲੀ ਜ਼ਰੂਰ ਕਰ ਲਿਓ ਕਿਸੇ ਵੀ ਐਨੀਮਲ ਦੀ ਜਿੱਥੋਂ ਵੀ ਆਪਾਂ ਵੀਰਾਂ ਦੀ ਵੀਡੀਓ ਬਣਾਉਂਦੇ ਹਾਂ। ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ, ਔਨਲਾਈਨ ਔਨਲਾਈਨ ਦੇ ਨਾਲੋਂ ਕਿਤੇ ਬੈਟਰ ਜ਼ਿਆਦਾ ਸੌਦਾ ਹੁੰਦਾ। ਇਸ ਤੋਂ ਬਾਅਦ ਵੀ ਇਹ ਝੋਟੀ ਦੀ ਫਿਰ ਕੀ ਡਿਮਾਂਡ ਆ ਹੁਣ ਅਗਲੀ? ਹਾਂਜੀ, ਇਹ ਪਹਿਲੇ ਸੂਈ, ਇਹ ਵੀ ਸੂਈ ਹੈ ਨਾ ਜੀ? ਹਾਂਜੀ। ਆ ਕਰੋ ਚੈੱਕ ਜੀ, ਥਾਣ ਹਵਾਨਾ ਵੇਖੋ,
ਠੀਕ ਹੈ ਜੀ। ਤੇ ਇਸ ਦੇ ਮਗਰ ਜਿਹੜਾ ਬੱਚਾ ਦੋਸਤੋ ਕੱਟੀ ਹੈ ਤੇ ਸੂਆ ਪਹਿਲਾਂ ਹੀ ਸੂਈ ਹੈ ਨਾ, ਪਹਿਲਾ ਸੂਆ ਸੂਈ ਆ। ਆਹ ਫੇਸ ਦੀ ਕੁਆਲਿਟੀ ਜੇ ਸਿੰਘਾਂ ਸੁੰਘਾਂ ਦੀ ਬਣਤਰ ਮੂੰਹ ਮੱਥੇ ਦੀ ਤੁਸੀਂ ਚੰਗੀ ਤਰ੍ਹਾਂ ਦੇਖ ਲੈਣੀ ਹੈ ਜੀ, ਠੀਕ ਹੈ ਜੀ। ਹਾਈਟ ਤਕਰੀਬਨ ਨੋਰਮਲ ਮੱਝਾਂ ਝੋਟੀਆਂ ਦੇ ਵਿੱਚ ਜਿਹੜੀ ਦੋਸਤੋ ਹਾਈਟ ਪੈਂਦੀ ਆ, ਮੀਡੀਅਮ ਤੋਂ ਪਲੱਸ ਹਾਈਟ ਆ ਤਕਰੀਬਨ ਜਿਹੜੀ, ਆਹ ਵੇਖੋ। ਅਤੇ ਥਣ ਥੁਣ ਵੀਰ ਜੀ ਪ੍ਰੋਪਰ ਵਧੀਆ ਚਵਾ ਚਵੂ ਚੰਗਾ ਲੱਗਾ, ਠੀਕ ਆ। ਅਗਲੇ ਪੀਲੇ ਥਣ ਦੀ ਚਵਾਈ ਇੱਕ ਹੀ ਹੈ ਜੀ, ਠੀਕ ਹੈ ਜੀ। ਮਤਲਬ ਇੱਕੋ ਜਿਹਾ ਦੁੱਧ, ਹਾਂਜੀ ਇੱਕੋ ਜਿਹਾ, ਠੀਕ ਆ। ਆਹ ਕਰੋ ਚੈੱਕ ਜੀ, ਠੀਕ ਹੈ। ਤੇ ਦੁੱਧ ਹੁਣ ਕਿੰਨਾ ਦੱਸਿਆ ਸੀ ਇਹਦੇ ਥੱਲੇ? ਦੁੱਧ ਇਹਦੇ ਥੱਲੇ ਆ ਟਾਈਮ ਤੇ 8 ਕਿਲੋ ਆ ਜੀ। 8 ਕਿਲੋ ਤਿਆਰ ਜਿਹੜਾ, ਬਿਲਕੁਲ ਤਿਆਰ ਹੈ ਜੀ। ਹਾਂਜੀ। ਤੇ ਦਿਨ ਕਿੰਨੇ ਦੱਸੇ ਇਹਨੂੰ? ਦਿਨ ਇਹਨੂੰ ਹੋ ਗਿਆ ਥੋੜੀ ਨੂੰ, ਅੱਜ ਹਫਤਾ ਹੋ ਗਿਆ ਜੀ। ਹਫਤਾ ਹੋ ਗਿਆ, ਹਾਂਜੀ। ਤੇ ਇਹਦਾ ਭਈ ਕਰੋ ਤੇ ਇੱਕ ਤਾਂ ਮੁੱਲ ਵੀ ਨਾਲ ਡਿਮਾਂਡ ਵੀ ਦੱਸ ਦੇ। ਖੋਲ ਦਿੰਦੇ ਆ, ਹਾਂਜੀ। ਡਿਮਾਂਡ ਵੀ ਦੱਸ ਦਿਓ ਇਹਦਾ ਮੁੱਲ 58,000 ਵੀ ਜੀ। 58,000, ਹਾਂਜੀ ਹਾਂਜੀ। ਹੁਣ ਖੋਲ ਲਓ ਵੀਰ, ਦਿਖਾਈਏ। 58,000 ਜਿਹੜੀ ਦੋਸਤੋ ਇਸ ਝੋਟੀ ਦੀ ਡਿਮਾਂਡ ਆ, ਠੀਕ ਆ ਜੀ। ਅਤੇ ਬਾਕੀ ਗੁੰਜਾਇਸ਼ ਜਿਹੜੀ ਹੈਗੀ ਆ, ਮਾਣ ਤਾਣ ਹੈਗਾ ਦੋਸਤੋ ਮੌਕੇ 'ਤੇ ਆ। ਆਹ ਕੱਟੀ ਹੈਗੀ ਨਾ, ਆਹ ਕੱਟੀ ਆ, ਪੂਛ ਜਿਹੜੀ ਹੈਗੀ ਦੋਸਤੋ ਕੁਝ ਕੁ ਵਾਲ ਜਿਹੜੇ ਪਿੱਛੇ ਵਾਈਟ ਹੈਗੇ ਆ, ਬਿਲਕੁਲ ਬਲੈਕ ਜਿਹੜੀ ਇਹ ਕੱਟੀ ਨਾਲ ਹੈਗੀ ਆ ਇਸ ਝੋਟੀ ਦੇ। ਇੱਕ ਹਫ਼ਤੇ ਦਾ ਸਮਾਂ ਅਤੇ 8 ਕਿਲੋ ਜਿਹੜਾ ਦੁੱਧ ਹੁਣ ਮੌਕੇ ਦਾ ਬਿਲਕੁਲ ਰੈਡੀ ਹੈਗਾ। ਠੀਕ ਹੈ ਜੀ। ਠੀਕ ਆ, 58,000 ਨੈੱਟ ਆ ਨਾ ਦੱਸ ਜੀ ਵੀਰ ਜੀ, ਜਿਹੜਾ ਲੈਣ ਦੇਣ ਵਾਲਾ ਮੁੱਲ 58,000 ਜੀ। ਠੀਕ ਹੈ ਵੀਰੇ, ਇਸ ਤੋਂ ਬਾਅਦ ਕਰੋ ਤਾਂ ਬਾਈ, ਇੱਕ ਅੱਗੇ ਵੀ ਇੱਕ ਝੋਟੀ ਹੈਗੀ ਆਪਣੇ ਕੋਲ, ਅਤੇ ਇਹ ਵੀ ਸੂਈ ਹੈ ਫਿਰ ਵੀਰ? ਹਾਂਜੀ ਇਹ ਵੀ ਦੂਜਾ ਸੂਈ ਹੈ, ਦੂਜਾ ਜਿਹੜੀ ਦੋਸਤੋ ਵੀ ਝੋਟੀ ਆ ਅਤੇ ਸੂਈ ਆ। ਅਤੇ ਮਗਰ ਬੱਚਾ ਜਾਂ ਕੋਈ ਇਹਦਾ? ਇਹਦਾ ਬੱਚਾ ਵੀਰ ਜੀ, ਇਹਨੂੰ 8 ਦਿਨ ਹੋ ਗਏ ਸੂਈ ਨੂੰ। ਹਾਂਜੀ। ਬੱਚਾ ਠੰਡ ਦੇ ਨਾਲ ਮਰ ਗਿਆ ਜੀ। ਮਰ ਗਿਆ ਸੀਗਾ। ਹਾਂਜੀ। ਇਹਦੇ ਮਰ ਕੱਟੀ ਸੀ ਨਾ? ਹਾਂਜੀ ਕੱਟੀ ਸੀ, ਨੀਲੀ ਰਾਵੀ ਦੀ। ਨੀਲੀ ਰਾਵੀ ਦੀ ਕੱਟੀ ਸੀ ਦੋਸਤੋ ਇਸ ਘਰੋਂ, ਜਦੋਂ ਆਪਾਂ ਪਹਿਲੇ ਨੰਬਰ 'ਤੇ ਪਹਿਲੇ ਦਿਨ ਵੀਡੀਓ ਪਾਈ ਸੀ ਅਤੇ ਤੁਹਾਨੂੰ ਕੱਟੀ ਵੀ ਦਿਖਾਈ ਸੀਗੀ, ਇਹ ਉਹ ਝੋਟੀ ਆ, ਠੀਕ ਆ ਜੀ। ਬੱਚਾ ਮਰ ਗਿਆ ਸੀਗਾ, ਸਾਈ ਵਧਾਈ ਇਹਦੀ ਪ੍ਰੋਪਰ ਹੋਈ ਸੀਗੀ। ਬੱਚਾ ਮਰਨ ਕਰਕੇ ਫਿਰ ਥੋੜ੍ਹਾ ਤੁਸੀਂ ਅਟਕਾਤਾ ਸੀ ਵੀ, ਹੈ ਨਾ ਜੀ? ਉਹਨਾਂ ਨੂੰ ਮੈਂ ਆਖਿਆ ਵੀਰ ਜੀ ਕਿ ਬੱਚਾ ਢਿੱਲਾ ਜਿਹਾ ਆਣ ਕੇ ਵੇਖ ਸਕਦੇ ਤੁਸੀਂ। ਬਿਲਕੁਲ ਬਿਲਕੁਲ, ਹਾਂਜੀ ਸਹੀ ਗੱਲ ਆ, ਦੱਸੀ ਸਾਰੀ ਗੱਲਬਾਤ। ਤੇ ਝੋਟੀ ਜਿਹੜੀ ਆ ਦੋਸਤੋ ਬਹੁਤ ਵਧੀਆ, ਤਕਰੀਬਨ ਤੁਸੀਂ ਬਿਲਕੁਲ ਪਿੱਠ ਪੁੱਠ ਦੇ ਵੇਖੋਗੇ ਤਾਂ ਰਾਜੀ ਝੋਟੀ ਆ। ਉਦੋਂ ਦੁੱਧ ਥੋੜਾ, ਹੁਣ ਦੁੱਧ ਜ਼ਿਆਦਾ ਝੋਟੀ ਤੇ। ਤੇ ਹੁਣ ਉਦੋਂ ਕਿੰਨਾ ਸੀ ਦੱਸਿਆ ਤੇ ਅੱਜ ਕਿੰਨਾ ਵੀਰ ਤਿਆਰ? ਉਦੋਂ ਹੈਗਾ ਵੀਰ ਜੀ 8 ਕਿਲੋ, ਹੁਣ 10 ਕਿਲੋ ਇਸ ਟਾਈਮ ਤੇ ਤਿਆਰ ਹੈ ਜੀ ਕੰਡੇ ਵਾਲਾ, ਜਿਹੜਾ ਚਵਾ ਦੇਣਾ ਆਪਾਂ। ਹਾਂਜੀ ਹਾਂਜੀ, ਮਿਲਦੀ ਕੋਈ ਐ ਥਾਪੀ ਮਾਰ ਕੇ ਬਹਿ ਜਾਈਦਾ, ਕੋਈ ਖਰਾਬ ਨਹੀਂ ਕਰਦੀ ਕਰਮਾਂ। ਠੀਕ ਹੈ ਠੀਕ ਹੈ, ਹਾਂਜੀ ਥਾਪੀ ਤੇ ਜਿਹੜੀ ਦੋਸਤੋ ਮਿਲਦੀ ਜੇ ਝੋਟੀ, ਠੀਕ ਆ। ਤੇ ਬਾਕੀ ਕੋਈ ਵੰਗਾ ਨਹੀਂ, ਕੋਈ ਭਾਰ ਬੰਤਰ ਬੁੰਤਰ ਚੰਗੀ ਹੈ ਝੋਟੀ ਦੀ, ਓਵਰਆਲ ਸਟਰਕਚਰ ਵੀ ਚੰਗਾ ਸੋਹਣਾ ਹੈਗਾ, ਪਿੱਠ ਪੁੱਠੇ ਦੀ ਬਿਲਕੁਲ ਰਾਜੀ, ਠੀਕ ਹੈ ਜੀ। ਤੇ ਬੱਚਾ ਜਿਹੜਾ ਦੋਸਤੋ ਪ੍ਰੋਪਰ ਮੈਂ ਵੀ ਦੇਖਿਆ, ਤੇ ਮੋਸਟਲੀ ਉਹਨਾਂ ਵੀਰਾਂ ਨੇ ਵੀ ਦੇਖਿਆ ਜਿਹੜੀ ਆਪਣੀ ਵੀਡੀਓ ਵੀਰਾਂ ਨੇ ਦੇਖੀ ਆ, ਪਿਛਲੀ ਵੀਡੀਓ ਦੇ ਵਿੱਚ ਤੁਸੀਂ ਰੀਚੈੱਕ ਕਰ ਸਕਦੇ ਜੇ। ਨੀਲੀ ਰਾਵੀ ਦੀ ਕੱਟੀ ਸੀ ਇਸ ਝੋਟੀ ਦੇ, ਮਗਰ 10 ਲੀਟਰ 10 ਕਿਲੋ ਹੁਣ ਜਿਹੜਾ ਬਿਲਕੁਲ ਮੌਕੇ ਦਾ ਰੈਡੀ ਦੁੱਧ ਆ, ਠੀਕ ਹੈ ਜੀ। ਤੇ ਮੁੱਲ ਬਾਈ ਗ੍ਰੰਥ ਕਿੰਨਾ ਵੀਰੇ ਰੱਖਿਆ ਇਹਦਾ? ਇਹਦਾ ਮੁੱਲ ਵੀਰ ਜੀ 65,000 ਜੀ। 65,000, ਹਾਂਜੀ ਠੀਕ ਆ। ਤੇ ਹੈਗਾ ਕੋਈ ਲੈਸ ਹੋਏਗੀ, ਖੁੱਲੀ ਕਰ ਦੋਗੇ? ਕੋਈ ਨਹੀਂ, ਮੌਕੇ 'ਤੇ ਕੋਈ ਮਾਨਤਾ ਹੋ ਜੂਗਾ ਜੀ। ਚਲੋ ਠੀਕ ਹੈ ਜੀ, ਆ ਜਾਓ ਖੋਲ੍ਹ ਕੇ ਜੀ। ਮੌਕੇ 'ਤੇ ਜਿਹੜਾ ਦੋਸਤੋ ਮਾਨਤਾਨ ਹੋ ਜੂਗਾ, ਬੱਚਾ ਸੀਗਾ ਕੱਟੀ ਸੀਗੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਇਹ ਝੋਟੀ ਪਾਈ ਸੀਗੀ, ਬੱਚਾ ਠੰਡ ਕਾਰਨ ਜਿਹੜਾ ਨਹੀਂ ਹੈਗਾ ਗਾ ਹੁਣ ਮਰ ਗਿਆ। ਅਤੇ ਫਿਲਹਾਲ ਜਿਹੜੀ ਇਹ ਝੋਟੀ ਹੈਗੀ ਆ ਅਤੇ ਬਿਲਕੁਲ ਥਾਪੀ 'ਤੇ ਆ, ਠੀਕ ਹੈ ਜੀ। ਆਹ ਕਰੋ ਚੈੱਕ, ਇਹਦਾ ਸਟਾਰਟਿੰਗ 12 ਕਿਲੋ ਤੇ ਜਾਊਗੀ, ਠੀਕ ਹੈ ਜੀ। ਹਾਂਜੀ ਠੀਕ ਹੈ।
ਠੀਕ ਹੈ ਜੀ, ਮੁੱਲ 65 ਵੀਰੇ ਕਰਤਾ, ਠੀਕ ਹੈ, ਮਾਨਤਨ ਖੁੱਲ੍ਹ ਕੇ ਜਿੰਨਾ ਜ਼ਰੂਰ ਕਰਿਓ ਜੀ, ਮੌਕੇ 'ਤੇ ਮਾਨਤਨ ਹੋ ਜੂਗਾ ਜੀ। ਠੀਕ ਹੈ ਵੀਰੇ, ਅਤੇ ਇਸ ਤੋਂ ਬਾਅਦ ਇਹ ਗੱਭਣੀਆਂ ਸਾਰੀਆਂ ਤਿੰਨ ਪਸ਼ੂ ਗੱਭਣੇ, ਠੀਕ ਆ। ਅੱਗੇ ਜਿਹੜੀਆਂ ਦੋਸਤੋ ਤੈਨੂੰ ਤਿੰਨ ਮੱਝਾਂ ਆਪਾਂ ਦਿਖਾਉਣੀਆਂ ਨੇ, ਇਹ ਗੱਭਣ ਨੇ, ਠੀਕ ਹੈ ਜੀ। ਅਤੇ ਦਿਨ ਕਿੰਨੇ ਕਿੰਨੇ ਦੀਆਂ ਹਜੇ ਕੱਚੀਆਂ ਨੇ, ਕਿੰਨੇ ਕਿੰਨੇ ਦਿਨ ਲੈ ਕੇ ਜਾਣਗੀਆਂ ਪੁੱਛ ਲੈਂਦੇ। ਅਤੇ ਬਾਕੀ ਬਾਈ ਗੁਰਮਤ ਇਹ ਇਹਤੋਂ ਪਾ ਦੇ ਚਾਨਣਾ ਕਰਦੇ ਸ਼ੁਰੂ ਵੀਰ, ਕਿੰਨਾ ਸੂਆ ਸੂਣਾ ਅਤੇ ਕਿੰਨੇ ਕੁ ਦਿਨ ਹਜੇ ਬਾਕੀ ਹੈ? ਇਹਨੇ ਦੂਜਾ ਸੂਆ ਸੂਣਾ ਵੀ। ਅਤੇ ਦਿਨ ਕਿੰਨੇ ਲੈ ਜੂ ਹੁਣ? ਇਹਨਾਂ ਹਫ਼ਤਾ ਲੈ ਜੂਗੀ ਜੀ। ਇੱਕ ਹਫ਼ਤਾ? ਹਾਂਜੀ, ਠੀਕ ਆ, ਹਫ਼ਤਾ ਜਿਹੜਾ ਦੋਸਤੋ ਸਮਾਂ ਲੈ ਜੂਗੀ, ਠੀਕ ਹੈ ਜੀ। ਅਤੇ ਸੂਆ ਬਾਕੀ ਵੀਰ ਨੇ ਦੂਜਾ ਦੱਸਿਆ, ਅਤੇ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਤੁਸੀਂ ਸਿੰਗਾਂ ਦੀ ਬਣਤਰ ਪਿੱਠ ਪੁੱਠੇ ਤੋਂ ਜਿਹੜਾ ਤੁਸੀਂ ਪਸ਼ੂ ਨੂੰ ਵੇਖ ਕੇ ਜੱਜਮੈਂਟ ਕਰ ਸਕਦੇ ਹੋ। ਹੈਵੀ ਬੋਡੀ ਵੇਟ ਦੇ ਵਿੱਚ ਆ, ਵੱਡੀਆਂ ਮੱਝਾਂ ਦੇ ਵਿੱਚ ਜਿਹੜਾ ਦੋਸਤੋ ਪਸ਼ੂ ਐਵੇਂ ਦੇ ਹੁੰਦੇ ਆ। ਅਤੇ ਆਹ ਤਕਰੀਬਨ ਜਿਹੜਾ ਲਾਏ ਪਸ਼ੂ ਪਿਆ, ਅਤੇ ਇੱਕ ਹਫ਼ਤੇ ਦਾ ਸਮਾਂ ਹਜੇ ਲੈਫਟ ਆ, ਇੱਕ ਸਾਂ ਇੱਕੋ ਰੰਗ ਆ, ਮੱਥਾ ਮੁੱਥਾ ਬਾਕੀ ਪੂਛ 'ਤੇ ਜਿਹੜੇ ਵਾਲ ਹੈਗੇ ਵਾਈਟ ਤੁਹਾਨੂੰ ਨਜ਼ਰ ਆ ਜਾਣੇ ਆ, ਬਾਕੀ ਓਵਰਆਲ ਜਿਹੜੀ ਬਲੈਕ ਜਿਹੜੀ ਆ ਕਾਲੀ ਬਿਲਕੁਲ ਇਹ ਮੱਝ ਹੈਗੀ ਆ। ਅਤੇ ਦੁੱਧ ਵੀਰ ਵੈਸੇ ਗੁਰੰਤ ਭਾਈ ਕਿੰਨਾ ਕੁ ਪਾਉਣ ਦੀ ਸੰਭਾਵਨਾ ਵੈਸੇ ਹੁੰਦੀ ਹੈ, ਕਈ ਆਪਾਂ ਨੂੰ ਜੱਜਮੈਂਟ ਹੁੰਦੀ ਹੈ ਵੀ ਇੰਨਾ ਕੁ ਦੁੱਧ ਦੇ ਦੂ? ਦੁੱਧ ਵੀਰ ਜੀ ਉਹ ਤਾਂ ਆਉਂਦੇ 12 ਕਿਲੋ ਪਹਿਲੇ ਸਵੇਰ ਨੇ ਦਿੱਤਾ ਜੀ। ਅੱਛਾ ਜੀ, ਹਾਂਜੀ, ਅੱਗੋਂ ਹੁਣ ਟੁੱਕੀ ਆ, ਆਪਾਂ ਕਹਿ ਨਹੀਂ ਸਕਦੇ ਕੁਛ, ਸੇਵਾ ਤਾਂ ਹੁੰਦਾ ਜੀ, ਹੈ ਨਾ। ਅਤੇ ਉਂਝ ਇਹਦੇ ਵੇਖਣ ਤੋਂ ਅੰਦਾਜ਼ਾ ਲੱਗਦਾ ਕੋਈ 12 ਕਿਲੋ ਤੈਨੂੰ ਕੀ ਆਉਂਦਾ ਜੀ? ਹਾਂ, ਜਿਸ ਦਾ ਬੋਡੀ ਬਣਤਰ ਖੁੱਲ੍ਹੇ ਵੱਡੇ ਪਿੰਡੇ ਖੁੱਲ੍ਹਦੀ ਹੈਗੀ। ਹਾਂਜੀ, ਅਤੇ ਮੁੱਲ ਵੀ ਤਾਂ ਕਿੰਨਾ ਰੱਖਿਆ ਫਿਰ? ਮੁੱਲ ਤਾਂ ਵੀਰ ਜੀ ਦਾ 75,000 ਕਰਦੇ ਹਾਂ ਆਪਾਂ, ਪਰ ਲੈਣ ਦੇ ਨਾਲ 72,000 ਦੀ ਦੇ ਦਾਂਗੇ। 72,000 ਦੀ? ਹਾਂਜੀ, ਠੀਕ ਹੈ ਜੀ, ਦਿਖਾਈਏ ਵੀਰ ਇਹਨੂੰ ਵੀ ਆਪਾਂ। 72,000 ਦੋਸਤੋ ਡਿਮਾਂਡ ਤਾਂ 75,000 ਦੀ ਆ, ਅਤੇ 72,000 ਦੀ ਆ ਹੋ ਜਾਏਗੀ ਜਿਹੜੀ ਲਾਸਟ ਜੈਸਨੋ ਆ। ਅਤੇ ਵੱਡੀਆਂ ਮੱਝਾਂ ਦੇ ਵਿੱਚ ਜਿਹੜਾ ਦੋਸਤੋ ਇਹੋ ਜਿਹਾ ਐਨੀਮਲ ਆਉਂਦੇ ਆ, ਪਿੱਠ ਪੁੱਠੇ ਤੋਂ ਤੁਸੀਂ ਵੇਖ ਲੈਣਾ, ਰਾਜੀ ਵਜਨ ਵਾਲੀ ਜਿਹੜੀ ਆ ਇਹ ਜਿਹੜੀ ਮੱਝ ਹੈਗੀ ਦੋਸਤੋ, ਵਜਨਦਾਰ ਜਿਹੜੀ ਮੱਝ ਆ। ਹਵਾਨਾ ਜਿਹੜਾ ਦੋਸਤੋ ਬਿਲਕੁਲ ਤੁਸੀਂ ਵੇਖ ਸਕਦੇ ਹੋ, ਜਿਵੇਂ ਇੱਕ ਹਫ਼ਤਾ ਬਾਕੀ ਆ ਹਜੇ ਸੂਣ ਦੇ ਵਿੱਚ, ਅਤੇ ਬਨਾਥਨਾ ਜਿਹੜਾ ਦੋਸਤੋ ਪੂਰਾ ਬਣਾ ਲੈਣਾ ਇਸ ਮੱਝ ਨੇ ਵੀ। ਮੈਂ ਕਰੋ ਚੈੱਕ, ਠੀਕ ਆ, 72,000 ਜਿਹੜਾ ਦੋਸਤੋ ਲਾਸਟ ਇਹਦਾ ਜੈਸਨੋ ਹੈਗਾ ਜੀ। ਇਸ ਤੋਂ ਬਾਅਦ ਵੀਰ ਆਹ ਨੀਲੀ ਦੀ ਆ ਗਈ, ਹੈ ਨਾ, ਨੀਲੀ ਦੀ, ਠੀਕ ਆ। ਆਹ ਨੀਲੀ ਦੀ ਜਿਹੜੀ ਦੋਸਤੋ ਅਗਲੀ ਮੱਝ ਆ ਜਿਹੜੀ ਪ੍ਰੋਪਰ, ਮਗਰਲੇ ਪੈਰ ਵਾਈਟ ਹੈਗੇ ਆ, ਬੱਗੀ ਨਾਸ, ਅੱਖ ਜਿਹੜੀ ਬਿੱਲੀ ਹੈਗੀ ਆ। ਤਕਰੀਬਨ ਦਿਨ ਵੀਰ ਤੋਂ ਪੁੱਛ ਲੈਂਦੇ ਹਾਂ। ਸੋ ਵੀਰ ਇਹ ਕਿੰਨੇ ਕੁ ਫਿਰ ਦੇਣੇ ਹਜੇ ਲੈ ਜੂ ਹੁਣ? ਜੀ ਹਫ਼ਤੇ ਦੇ ਅੰਦਰ ਬਾਰੇ ਵੀ ਲੈ ਜਾਊਗੀ ਜੀ। ਇੱਕ ਹਫ਼ਤਾ? ਹਾਂਜੀ, ਠੀਕ ਆ। ਉਂਝ ਮੈਂ ਹੁਣ ਬਣੀ ਹੈ ਪ੍ਰੋਪਰ ਆ ਜੀ, ਪਰ ਹਫ਼ਤਾ ਲੈ ਜੂਗੀ। ਸਿੰਗਲ ਹੱਡੀ ਦੀ ਜਿਹੜੀ ਦੋਸਤੋ ਨੀਲੀ ਦੀ ਜਿਹੜੀ ਮੱਝ ਆ, ਲੇਵਾ ਲੂਵਾ ਬਹੁਤ ਸੋਹਣਾ ਬਨਾਥਨਾ, ਹਜੇ ਵੀ ਜਿਹੜਾ ਤੁਸੀਂ ਵੇਖੋਗੇ ਤਾਂ ਬਹੁਤ ਸੋਹਣਾ ਬਨਾਥਨਾ ਹੈ। ਅਤੇ ਜੇ ਇੱਕ ਹਫ਼ਤਾ ਲੈ ਜਾਂਦੀ ਆ, ਅਤੇ ਤਕਰੀਬਨ ਹਵਾਨਾ ਬਹੁਤ ਸੋਹਣਾ ਇਹਨੇ ਖੋਲ੍ਹਣਾ, ਚੰਗਾ ਹਵਾਨਾ ਬਣਾ ਲੈਣਾ। ਅਤੇ ਸੂਆ ਵੀਰੇ ਕਿਨਵਾ? ਤੀਜੇ ਸੂਏ ਸੋਹਣੀ ਵੀਰ ਜੀ ਅੱਗੇ, ਤੀਜਾ ਸੂਆ। ਹਾਂਜੀ, ਅਤੇ ਰੇਟ ਮੁੱਲ ਕਿੰਨਾ ਰੱਖਿਆ ਇਹਦਾ? ਰੇਟ ਇਹਦਾ ਮੁੱਲ ਤਾਂ 75,000 ਕਰਦੇ, ਪਰ 70,000 ਦੀ ਜਿਹੜੀ ਲੈਣ ਦੇਣ ਵਾਲੀ ਗੱਲ ਹੈ ਉਹ 70,000 ਦੀ ਹੋ ਜੂਗੀ। 70,000 ਦੀ? ਹਾਂਜੀ, ਠੀਕ ਆ, ਖੋਲ੍ਹੀਏ ਵੀਰੇ ਨੂੰ। ਸੋ ਦੋਸਤੋ ਬਾਕੀ ਪਸ਼ੂ ਜਿਹੜਾ ਕਿ ਭਰਿਆ ਭਾਂਡਾ ਹੈ, ਠੀਕ ਆ ਜੀ, ਦੁੱਧ ਤੁਸੀਂ 12 ਵੀ ਚੋ ਸਕਦੇ ਹੋ, 11 ਵੀ, 10 ਵੀ ਚੋ ਸਕਦੇ ਸੇਵਾ ਦਾ ਦੁੱਧ ਬਾਕੀ। ਹਾਂਜੀ ਬਿਲਕੁਲ ਜੀ। ਅਤੇ ਨੀਲੀ ਦੀ ਜਿਹੜੀ ਦੋਸਤੋ ਮੱਝ ਆ, ਤਕਰੀਬਨ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ, ਜੇਕਰ ਅੱਗੇ ਬਰੀਡ ਪਰਪਸ ਵਾਸਤੇ ਵੀ ਤੁਸੀਂ ਕੰਮ ਕਰਦੇ ਹੋ ਤਾਂ ਨੀਲੀ ਦੀ ਮੱਝ ਵਿੱਚੋਂ ਜਿਹੜਾ ਤੁਸੀਂ ਬੱਚੇ ਚੰਗੇ ਲੈ ਕੇ ਅੱਗੇ ਦੋਸਤੋ ਬਰੀਡ ਪਰਪਸ ਦਾ ਜਿਹੜਾ ਵਰਕ ਕਰ ਸਕਦੇ ਹੋ, ਕੰਮ ਕਰ ਸਕਦੇ ਹੋ, ਠੀਕ ਆ ਜੀ। ਅਤੇ ਥਣ ਹਵਾਨਾ ਤੁਸੀਂ ਬਿਲਕੁਲ ਵੇਖ ਕੇ ਚੈੱਕ ਕਰ ਲਓ, ਹਵਾਨੇ ਦਾ ਸਟਰਕਚਰ ਜਿਹੜਾ ਹੈਗਾ ਬਿਲਕੁਲ ਧੁੰਨ ਤੋਂ ਲੈ ਕੇ ਜਿਹੜਾ ਦੋਸਤੋ ਸੂਹ ਤੱਕ ਜਿਹੜਾ ਸਟਰਕਚਰ ਬੈਕ ਨੂੰ ਕੱਢ ਕੇ ਇਹਨੇ ਬਣਾਇਆ ਥਾਂ ਜਿਹੜਾ ਬਣਾਉਣਾ ਹੈਗਾ। ਅਤੇ ਇੱਕ ਹਫ਼ਤੇ ਦੌਰਾਨ ਜਿਹੜਾ ਇਹ ਬਿਲਕੁਲ ਕੰਮ ਪੂਰਾ ਕਰਕੇ ਫਿਰ ਇਹਨੇ ਸੂਣਾ,
ਤੇ ਮੁੱਲ ਫਿਰਨ ਦਾ ਵੀਰੇ ਕਿੰਨਾ ਸੀ? ਮੁੱਲ ਦੱਸਿਆ ਜੀ ਵੀਰ ਜੀ 75,000 ਮੁੱਲ ਕਰਦੇ ਹਾਂ, ਲੈਣ ਦੇਣ ਵਾਲੀ ਗੱਲ ਜਿਹੜੀ ਉਹ 70,000, ਉਹ 70 ਹੋ ਜਾਏਗਾ ਜੀ। ਠੀਕ ਹੈ ਭਾਈ। ਸੋ ਇੱਕ ਜਿਹੜਾ ਲਾਸਟ ਐਂਡ ਫਾਈਨਲ ਤੇ ਦੋਸਤੋ ਤੁਹਾਨੂੰ ਇੱਕ ਮੱਝ ਦਿਖਾਉਣੀ ਹੈਵੀ ਬੋਡੀ ਵੇਟ ਦੀ ਆ। ਸੁਬਾਹ ਤੁਸੀਂ ਆਪਦੀ ਜੱਜਮੈਂਟ ਨਾਲ ਵੀ ਤੁਸੀਂ ਚੱਲ ਸਕਦੇ ਹੋ, ਤੀਜਾ ਮੰਨ ਲਿਓ, ਚੌਥਾ ਮੰਨ ਲਿਓ, ਬਾਕੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਗੁਰਵੰਤ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇਹ ਵੀਰ ਇੱਕ ਤਾਂ ਦਿਨ ਦੱਸ ਦਿਓ, ਇਹਦੇ ਕਿੰਨੇ ਪੂਰੇ ਹੋਣ ਦੇ ਵਿੱਚ ਬਾਕੀ ਆ? ਦਿਨ ਹਫ਼ਤਾ ਲੈ ਜੂਗੇ ਜੀ, ਇਹ ਵੀ ਹਫ਼ਤਾ ਲੈ ਜੂਗੇ। ਠੀਕ ਆ, ਸੁਬਾਹ ਕਿੰਨਵਾਂ ਸੁਣ ਜਾ ਰਹੀ? ਸੁਬਾਹ ਤੀਜੇ ਸੋ ਸੁਣੀ। ਠੀਕ ਆ ਵੀ, ਹਾਂਜੀ। ਸੋ ਸੁਬਾਹ ਤੀਜਾ ਵੀਰ ਕਹਿੰਦਾ ਵੀ ਸੁਣੀ ਆ, ਤੇ ਹਫ਼ਤੇ ਦੀ ਤਕਰੀਬਨ ਹਫ਼ਤਾ ਕੁ ਦਿਨ ਲੈ ਜਾਣੀ, ਤੇ ਤਕਰੀਬਨ ਲੇਵਲ ਬਹੁਤ ਖੁੱਲ੍ਹਾ ਬਣਾਉਣਾ। ਠੀਕ ਆ ਜੀ, ਜਿਹੋ ਜਿਹਾ ਬੋਡੀ ਸਟਰਕਚਰ ਨਾ, ਇਹੋ ਜਿਹਾ ਪਿੱਠ ਪੁੱਠੇ ਵਾਲੀਆਂ ਬਾਈ ਚੰਗਾ ਖੋਲ ਵਾਨਾ ਬਹੁਤ ਬਣਾਉਂਦੀਆਂ ਨੇ। ਠੀਕ ਆ, ਅਤੇ ਸੁਬਾਹ ਤੀਜਾ ਅਤੇ ਦੁੱਧ ਵੀ ਜਿਹੜਾ ਦੋਸਤੋ ਤਕਰੀਬਨ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀਗਾ, ਅੱਗੇ ਸੇਵਾ ਦਾ ਦੁੱਧ ਹੁੰਦਾ 10-12 ਲੀਟਰ ਦੀ ਜਿਹੜੀ ਨੋਰਮਲ ਆ, ਤੁਸੀਂ ਉਹ ਵੀ ਚਵਾਈ ਕਰ ਸਕਦੇ ਹੋ, ਸੇਵਾ ਵੱਧ ਕਰ ਲਓਗੇ ਦੋਸਤੋ। ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਜਿਹੜਾ ਸਮੁੰਦਰ ਆ, ਵੀ ਦੁੱਧ ਕਿੱਥੋਂ ਤੱਕ ਪਸ਼ੂ ਦਾ ਪੀਕ ਲੈਵਲ ਚਲਾ ਜਾਵੇ। ਠੀਕ ਆ, ਇਹਨੂੰ ਖੋਲ੍ਹ ਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਕਰੋ ਚੈੱਕ ਜੀ, ਬਾਕੀ ਬਾਈ ਤਿੱਪਣ ਤੁੱਪਣ ਵਧੀਆ ਸੀ? ਓਕੇ, ਵਧੀਆ ਜੀ, ਇੱਕ ਨੰਬਰ ਤਿੱਪਣ ਜੀ ਕੁਆਲੀ ਆ ਜੀ। ਠੀਕ ਹੈ, ਠੀਕ ਹੈ। ਸੋ ਦੋਸਤੋ ਜਿਹੜੀਆਂ ਤਿੰਨ ਮੱਝਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ, ਤੀਜੀ ਆ ਲਾਸਟ ਐਂਡ ਫਾਈਨਲ, ਤਾਂ ਤਿੱਪਣ ਬਾਈ ਹੋਰਾਂ ਨੇ ਕਿਹਾ ਸੀ ਵੀ ਤਿੱਪਣ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ, ਇੱਕ ਨੰਬਰ ਪਾਸ ਨੇ ਤਿੱਪਣ। ਬਾਕੀ ਕੋਈ ਵੀਰ ਜਾਣਕਾਰ, ਜਿਹੜੇ ਵੀਰਾਂ ਨੇ ਜਾਣ ਨੇ, ਖਾਸ ਕਰਕੇ ਆਪਦੇ ਨਾਲ ਕੋਈ ਜਾਣਕਾਰ ਵੀਰ ਵੀ ਲੈ ਕੇ ਆ ਸਕਦੇ ਹੋ, ਤੁਸੀਂ ਤਸੱਲੀ ਕਰਕੇ ਵੀਰਾਂ ਦਾ ਵੀ ਖੜ ਸਕਦੇ ਹੋ ਤੁਸੀਂ। ਠੀਕ ਆ, ਮੁੱਲ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਅਤੇ ਆ ਜਾਓ ਜੀ, ਗ੍ਰੰਥ ਭਾਅ ਜੀ ਦਾ ਕਿੰਨਾ ਫਿਰ ਦੇ ਲਏ ਮੁੱਲ? ਇਹਦਾ ਵੀਰ ਜੀ 75,000 ਆ, ਪਰ ਇਹ ਵੀ ਜਿਹੜੀ ਜੈਸਨ ਉਹ 70,000  'ਚ ਹੋ ਜੂਗੀ। 70,000 'ਚ ਹੋ ਜੂਗੀ, ਹਾਂਜੀ। ਠੀਕ ਆ, ਅਤੇ ਇੱਕ ਗ੍ਰੰਥ ਭਾਅ ਜੀ, ਇੱਕ ਆਪਣਾ ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦਈਏ ਆਪਾਂ। ਸੰਪਰਕ ਨੰਬਰ ਹੈਗਾ ਜੀ 98557 7371, ਇੱਕ ਨੰਬਰ ਹੋ ਜੀ 98772 8430। ਠੀਕ ਹੈ ਜੀ, ਦੋਵਾਂ 'ਤੇ ਵਟਸਐਪ ਚੱਲਦਾ ਜੀ। ਠੀਕ ਹੈ ਵੀਰੇ, ਠੀਕ ਆ। ਸੋ ਦੋਸਤੋ, ਇਸ ਵੀਰ ਗੁਰਵੰਤ, ਪਿੰਡ ਮਹਿਮੂਦਪੁਰਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ। ਸੋ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ, ਨਗ ਤੁਹਾਨੂੰ 8 ਮੱਝਾਂ ਝੋਟੀਆਂ ਦੇ ਵਿੱਚ ਦਿਖਾ ਦਿੱਤੇ ਆ, ਅਤੇ ਇੱਕ ਵੈੜ ਦਿਖਾਈ ਆ, ਪਸ਼ੂ ਸੂਏ ਸਵਾਏ ਵੀ ਤੁਹਾਨੂੰ ਤਸੱਲੀ ਨਾਲ ਦਿਖਾਏ ਆ, ਜਿਹੜੇ ਢੁੱਕੇ ਆ ਖਾਸ ਤੌਰ 'ਤੇ ਉਹਨਾਂ ਬਾਰੇ ਵੀ ਆਪਾਂ ਵਿਸ਼ੇਸ਼ ਤੌਰ 'ਤੇ ਵੀਰ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸ਼ੇਅਰ ਕਰਤੀ ਆ। ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।